ਤੁਹਾਡੇ ਸਾਹਮਣੇ ਵੀਡੀਓ ਚ ਪੁਲਿਸ ਦੀਆਂ ਗੱਡੀਆਂ ਚ ਮੂੰਹ ਬੰਨ ਕੇ ਬੈਠੇ ਲੜਕੇ ਅਤੇ ਲੜਕੀਆਂ ਦੀਆਂ ਤਸਵੀਰਾਂ ਜਲੰਧਰ ਦੀਆਂ ਨੇ, ਜਿੱਥੇ ਜਾਣਕਾਰੀ ਮੁਤਾਬਕ ਟਰਾਂਸਪੋਰਟ ਨਗਰ ਚ ਬਹਾਦਰ ਨਾਂ ਦਾ ਇੱਕ ਸ਼ਖਸ ਸੈਕਸ ਰੈਕਟ ਦਾ ਅੱਡਾ ਚਲਾ ਰਿਹਾ ਸੀ, ਜਿਸ ਦੀ ਪੁਲਿਸ ਨੂੰ ਸੂਹ ਮਿਲੀ ਅਤੇ ਪੁਲਿਸ ਨੇ ਆਪਣੇ ਅਧਿਕਾਰੀਆਂ ਨੂੰ ਗ੍ਰਾਹਕ ਬਣਾ ਕੇ ਅੱਡੇ ਤੇ ਭੇਜਿਆ ਅਤੇ ਪਿੱਛੋਂ ਮੌਕੇ ਤੇ ਤਿਆਰ ਬੈਠੇ ਪੁਲਿਸ ਨੇ ਛਾਪੇਮਾਰੀ ਕਰਕੇ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ, ਜਿੱਥੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ। ਪੁਲਿਸ ਮੁਤਾਬਕ ਅੱਡਾ ਕਾਫੀ ਦੇਰ ਤੋਂ ਚਲਾਇਆ ਜਾ ਰਿਹਾ ਸੀ ਅਤੇ ਉਹਨਾਂ ਨੇ ਇਸ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਨੂੰ ਕੰਮ ਕਰਦੇ ਆ, ਇਹਨਾਂ ਦੇ ਅਕੋਰਡਿੰਗ ਵੀ ਹਲੇ ਤੇ 4-5 ਮੰਥ ਹੋਏ ਨੇ, ਪਰ ਇਹ ਕੰਮ ਕਾਫੀ ਦੇਰ ਤੋਂ ਚੱਲ ਰਿਹਾ। ਕਿ ਪੁਲਿਸ ਨੂੰ ਪਹਿਲਾਂ ਨਹੀਂ ਪਤਾ ਸੀਗਾ ਇੱਥੇ ਕੰਮ ਹੁੰਦਾ? ਪੁਲਿਸ ਜਦੋਂ ਇਤਲਾਹ ਇਸ ਚੀਜ਼ ਦੀ ਮਿਲੀ ਉਸ ਵੇਲੇ ਅਸੀਂ ਇਸ ਚੀਜ਼ ਨੂੰ ਦੇਖਿਆ ਤੇ ਇਨਫੈਕਟ ਤੁਹਾਡੇ ਸਾਹਮਣੇ ਨਤੀਜਾ ਸੀ। ਦੇ ਵਪਾਰ ਦੇ ਧੰਦਿਆਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਨੇ, ਅਫਵਾਹਾਂ ਇਹ ਵੀ ਹੁੰਦੀਆਂ ਹੈ ਕਿ ਪੁਲਿਸ ਵੀ ਨਾਲ ਰਹੀ ਹੈ, ਪਰ ਇੱਥੇ ਜਲੰਧਰ ਦੀ ਪੁਲਿਸ ਨੇ ਕਿਵੇਂ ਸ਼ਾਤਰ ਤਰੀਕੇ ਨਾਲ ਇਹਨਾਂ ਨੂੰ ਕਾਬੂ ਕੀਤਾ ਇਹ ਵਾਕਈ ਸ਼ਲਾਘਾਯੋਗ ਹੈ। ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।